ਪੰਜਾਬ ਬੀਜੇਪੀ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਪੰਜਾਬ ਦੀ ਕਾਂਗਰਸ ਸਰਕਾਰ ਤੇ ਨਿਸ਼ਾਨੇ ਸਾਧੇ ਨੇ। ਨਗਰ ਨਿਗਮ ਚੋਣਾਂ ਵਿੱਚ ਕਥਿਤ ਧੱਕੇਸ਼ਾਹੀ ਦੇ ਮਸਲੇ ਤੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਵਧੀਕੀਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਜਿਸ ਤਰੀਕੇ ਨਾਲ ਧੱਕੇਸ਼ਾਹੀ ਅਮਲੋਹ ਦੇ ਵਿੱਚ ਹੋਈ ਹੈ ਪੰਜਾਬ ਤੋਂ ਬਾਕੀ ਦੀਆਂ ਇਗਜ਼ਾਮਪਲਾਂ ਤੋਂ ਬਾਅਦ ਤੁਸੀਂ ਜਿੱਥੇ ਅਸੀਂ ਬੈਠੇ ਹਾਂ ਇੱਥੇ ਕਿਸ ਤਰ੍ਹਾਂ ਜਿਹੜਾ SDM ਵੀ ਆਪਣਾ ਦਫ਼ਤਰ ਛੱਡ ਕੇ ਦੌੜ ਜਾਂਦਾ ਆ ਉਹਦਾ ਕਾਰਨ ਹੈ ਕਿ ਪਿੱਛੋਂ ਸਰਕਾਰ ਦੀ ਜਿਹੜੀ ਉਹਨਾਂ ਨੂੰ ਹਦਾਇਤਾਂ ਇਸ ਤਰ੍ਹਾਂ ਦੀਆਂ ਉਹ ਸਾਰਿਆਂ ਦੇ ਲਈ ਜਵਾਬ ਦੇਣ ਲਈ ਔਰ ਉਹਨਾਂ ਨੂੰ ਸੁਚੇਤ ਕਰਨ ਦੇ ਲਈ ਕਿ ਅਸੀਂ ਹਰ ਜ਼ੁਲਮ ਦਾ ਟਕਰਾਅ ਵੀ ਕਰਦੇ ਹਾਂ ਔਰ ਸਾਨੂੰ ਹਾਲਾਤਾਂ ਦੇ ਨਾਲ ਲੜਨਾ ਵੀ ਆਉਂਦਾ ਇਹ ਦੱਸਣ ਦੇ ਲਈ ਔਰ ਜਦੋਂ ਵੀ ਕਿਤੇ ਫਿਰ ਵੀ ਐਸਾ ਕਿਤੇ ਕਦਮ ਫਿਰ ਸਰਕਾਰ ਚੱਕੇਗੀ ਔਰ ਲੋਕਾਂ ਦੀ ਹਿੱਤਾਂ ਦੀ ਗੱਲ ਨਹੀਂ ਕਰੇਗੀ ਅਤੇ ਸਾਨੂੰ ਅਗਰ ਫਿਰ ਵੀ ਲੋੜ ਪਈ ਤਾਂ ਅਸੀਂ ਕਰਾਂਗੇ।